ਬਠਿੰਡੇ ਨੂੰ ਕਿਵੇਂ ਪ੍ਰਭਾਵਿਤ ਕਰੂਗੀਆਂ ਇਹ ਜਿਹੜੀਆਂ ਚੀਜ਼ਾਂ? ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਦੇ ਆਲਮ 'ਚ ਜਹਾਜ਼ ਭਰ ਭਰ ਕੇ ਇੱਥੋਂ ਵਿਦੇਸ਼ਾਂ ਨੂੰ ਜਾ ਰਹੇ ਆ। ਕੀ ਕਾਰਨ ਹੋ ਗਿਆ ਕਿ ਇੰਨੇ ਦਹਾਕੇ ਉਹਦੇ 'ਚ ਲਾ ਕੇ ਅਤੇ ਹੁਣ ਤੁਹਾਨੂੰ ਛੱਡਣਾ ਪੈ ਗਿਆ? 23,000 ਕਰੋੜ ਰੁਪਈਆ ਸਾਲ ਦਾ ਇਸ ਸਾਲ ਪੰਜਾਬ ਦਾ ਬਾਕੀ ਰਹਿ ਗਿਆ। ਕਾਂਗਰਸ ਪਾਰਟੀ ਨੇ ਦਾਅਵਾ 2017 ਕੀਤਾ, ਉਹ ਕਹਿੰਦੇ ਸੀ ਵੀ ਮੈਂ ਦਿਨ ਰਾਤ ਇਸ ਵਾਸਤੇ ਚਿੰਤਤ ਰਹੂੰਗਾ ਕਿ ਪੰਜਾਬ ਨੂੰ ਇਸ ਦੌਰ 'ਚੋਂ ਬਾਹਰ ਕਿਵੇਂ ਕੱਢਿਆ ਜਾਵੇ। ਮਨਪ੍ਰੀਤ ਸਿੰਘ ਬਾਦਲ ਦਾ ਇੱਕ ਗਰੁੱਪ ਹੈ ਜਿਹੜਾ ਚਲਾਉਂਦਾ, ਇਹਦੀਆਂ ਅੱਜ ਵੀਡੀਓ ਕਲਿੱਪਸ ਕੱਢ ਲਓ ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਬਠਿੰਡੇ ਦੇ ਲੋਕਾਂ ਨੂੰ ਸੁਨੇਹਾ ਦਿੱਤਾ। ਮੈਂ ਤਾਂ ਐਤ ਕੀ ਚੋਣ ਲੜਨਾ ਨਹੀਂ ਚਾਹੁੰਦਾ ਸੀ, ਕਿਉਂਕਿ ਮੈਂ ਇਸ ਤੋਂ ਬਾਅਦ ਮੇਰਾ ਮਨ ਸੀ ਵੀ ਆਪਾਂ ਕਿਸੇ ਸੋਸ਼ਲ ਕੰਮਾਂ ਦੇ ਵਿੱਚ ਆਪਦੇ ਜੀਵਨ ਨੂੰ ਬਤਾਈਏ। ਆਮ ਆਦਮੀ ਪਾਰਟੀ ਜਿਹਨੇ 49 ਦਿਨ ਦੀ ਸਰਕਾਰ ਚਲਾ ਕੇ ਦਿੱਲੀ ਦੇ ਵਿੱਚ ਘੱਟ ਗਿਣਤੀ, ਉਹਦੇ 'ਚ ਤੁਹਾਡੇ ਨਾਲ ਧੱਕਾ ਹੋਇਆ, ਕੀ ਉਹ ਕਾਰਨ ਰਿਹਾ ਕਿ ਤੁਸੀਂ ਨਾਰਾਜ਼ ਹੋ ਗਏ ਉੱਧਰੋਂ? ਐਂ ਸਮਝਦੇ ਵੀ ਜਿਵੇਂ ਚੋਰ ਹੋਣ ਸਾਡੇ ਨਾਲ ਠੱਗੀ ਮਾਰ ਜਾਣਗੇ। ਬਦਕਿਸਮਤੀ ਤਾਂ ਇਹ ਸੀ ਵੀ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਉਸ ਗਰੁੱਪ ਦਾ ਮੈਂਬਰ ਸੀ। ਕੀ 19 ਦੇ ਵਿੱਚ ਫਿਰ ਜਿਹੜੀ ਉਹ ਲੋਕ ਸਭਾ ਦੀ ਚੋਣ ਹੋਈ ਉਸ ਪਾਸੇ ਵੱਲ ਵੀ ਇਸ਼ਾਰਾ ਕਿ ਉਹ ਭੁਗਤਦੇ ਤਾਂ ਉੱਧਰਲੇ ਪਾਸੇ ਨਹੀਂ? ਬਠਿੰਡੇ ਸ਼ਹਿਰ ਦੀ ਇੱਕ ਪਾਰਟੀ ਖੜੀ ਕਰਦੀ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ, ਰਾਜਨੀਤਿਕ ਤੌਰ 'ਤੇ ਲੋਕਾਂ ਨੂੰ ਵੰਡ ਕੇ ਰੱਖਦੇ ਆ ਪਰ ਆਪ ਇਕੱਠੇ ਦਿੰਦੇ ਆ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਬਠਿੰਡੇ ਹਾਂ ਔਰ ਬਠਿੰਡਾ ਵੀ ਸਿਆਸਤ ਦੇ ਪੱਖੋਂ, ਪੰਜਾਬ ਦੀ ਸਿਆਸਤ ਦੇ ਪੱਖੋਂ ਇੱਕ ਧੁਰੇ ਦੇ ਰੂਪ ਦੇ ਵਿੱਚ ਰਿਹਾ ਪਿਛਲੇ ਸਮੇਂ ਤੋਂ, ਔਰ ਮਾਲਵੇ ਦਾ ਜਦੋਂ ਜ਼ਿਕਰ ਆਉਂਦਾ, ਮਾਲਵੇ ਦਾ ਬਹੁਤ ਵੱਡਾ ਰੋਲ ਹੈ ਸਰਕਾਰ ਬਣਨ ਦੇ ਵਿੱਚ, ਅਤੇ ਉਹਦੇ ਵਿੱਚ ਬਠਿੰਡੇ ਦਾ ਜ਼ਿਕਰ ਜ਼ਰੂਰ ਆਉਂਦਾ। ਬਠਿੰਡਾ ਚਰਚਿਤ ਹੈ, ਬਠਿੰਡਾ ਥਰਮਲ ਪਲਾਂਟ ਕਰਕੇ ਚਰਚਿਤ ਹੈ, ਕਿਸੇ ਵੇਲੇ ਬਣਿਆ ਸੀ ਤਾਂ ਚਰਚਿਤ ਹੈ, ਹੁਣ ਢਹਿ ਰਿਹਾ ਤਾਂ ਚਰਚਿਤ ਹੈ, ਝੀਲਾਂ ਵਾਲਾ ਬਠਿੰਡਾ, ਬਠਿੰਡਾ ਬਦਲਿਆ ਪਿਛਲੇ ਬਹੁਤ ਸਾਰੇ ਸਾਲਾਂ ਦੇ ਦੌਰਾਨ, ਬਠਿੰਡਾ ਬਿਲਕੁਲ ਬਦਲ ਗਿਆ ਸਿਆਸਤ ਦੇ ਪੱਖੋਂ ਵੀ। ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਜਗਰੂਪ ਸਿੰਘ ਗਿੱਲ ਨੇ ਇਸ ਵੇਲੇ ਉਹ ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਸ਼ਹਿਰੀ ਖੇਤਰ ਤੋਂ। ਬਹੁਤ ਲੰਬਾ ਸਮਾਂ ਉਹ ਕਾਂਗਰਸ ਦੇ ਵਿੱਚ ਰਹੇ ਪਰ ਕੁਛ ਮੁਸ਼ਕਲਾਂ ਆਈਆਂ, ਕਿਤੇ ਨਾ ਕਿਤੇ ਕੁਛ ਵਖਰੇਵੇਂ ਹੋਏ, ਅਤੇ ਇਸ ਵੇਲੇ ਉਹ ਇੱਕ ਸਟਰੋਂਗ ਕੈਂਡੀਡੇਟ ਦੇ ਵਜੋਂ ਬਠਿੰਡਾ ਸ਼ਹਿਰੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜ ਰਹੇ ਨੇ। ਧੰਨਵਾਦ ਜੀ ਗੱਲ ਸਾਹਿਬ, ਬਹੁਤ ਧੰਨਵਾਦ ਸਾਹਿਬ ਜੀ, ਇਹਨਾਂ ਨੂੰ ਤੁਹਾਨੂੰ ਤੁਸੀਂ ਬੜਾ ਲੰਬਾ ਪੰਧ ਕੱਢ ਕੇ ਮੇਰੇ ਕੋਲ ਪਹੁੰਚੇ ਹੋ, ਮੇਰੇ ਨਾਲ ਮੇਰੇ ਵਿਚਾਰ ਸਾਂਝੇ ਕਰਨ ਲਈ, ਲੋਕਾਂ ਦੇ ਰੂਬਰੂ ਮੈਨੂੰ ਕਰਨ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਗੱਲ ਸਾਹਿਬ। ਤੁਹਾਡਾ ਕਿਉਂਕਿ ਉਮਰ ਦਾ ਬਹੁਤਾ ਜਿਹੜਾ ਹਿੱਸਾ ਸੀਗਾ ਉਹ ਇੱਕ ਪਾਰਟੀ ਦੇ ਵਿੱਚ ਲੱਗ ਗਿਆ ਔਰ ਬੜਾ ਤੁਸੀਂ ਡੈਡੀਕੇਟਡ ਤੌਰ ਦੇ ਉੱਤੇ ਸਿਆਸਤ ਕੀਤੀ ਮੈਂ ਜਾਣਦਾ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬੇਸ਼ੱਕ ਨਹੀਂ ਮਿਲੇ ਕਦੀ ਪਰ ਪੜ੍ਹਦੇ ਤਾਂ ਰਹੀਦਾ, ਸੁਣਦੇ ਰਹੀਦਾ। ਕੀ ਕਾਰਨ ਰਿਹਾ ਇੰਨਾ ਲੰਬਾ ਸਮਾਂ ਤੁਸੀਂ ਇੱਕ ਪਾਰਟੀ ਦੇ ਨਾਲ ਤੁਰੇ ਔਰ ਉਹਨੂੰ ਕਮਿਟਡ ਹੋ ਕੇ ਉਹਨੂੰ ਸਮਾਂ ਦਿੱਤਾ ਹਰ ਚੀਜ਼ ਦੀ? ਲੋਕਾਂ ਦੇ ਵਿੱਚ ਬੜਾ ਤੁਹਾਡਾ ਨਾਮ ਹੈ, ਬੜਾ ਹਰਮਨ ਪਿਆਰਤਾ ਹੈ, ਕੀ ਕਾਰਨ ਹੋ ਗਿਆ ਕਿ ਇੰਨੇ ਦਹਾਕੇ ਉਹਦੇ 'ਚ ਲਾ ਕੇ ਅਤੇ ਹੁਣ ਤੁਹਾਨੂੰ ਛੱਡਣਾ ਪੈ ਗਿਆ? ਪੰਨੂ ਸਾਹਿਬ, ਅਸਲ ਤਾਂ ਇਹ ਹੈ ਕੁਛ ਤਾਂ ਜਿਹੜਾ ਪੰਜਾਬ ਹੈ ਉਹ ਪਿਛਲੇ ਲੰਮੇ ਸਮੇਂ ਦੇ ਵਿੱਚੋਂ ਆਰਥਿਕ ਤੌਰ 'ਤੇ ਕਾਲੇ ਦੌਰ 'ਚ ਜਾ ਰਿਹਾ ਜੀ। ਪੰਜਾਬ ਦੀ ਜਵਾਨੀ ਬੇਰੁਜ਼ਗਾਰੀ ਦੇ ਆਲਮ 'ਚ ਹੈ, ਜਹਾਜ਼ ਭਰ ਭਰ ਕੇ ਇੱਥੋਂ ਵਿਦੇਸ਼ਾਂ ਨੂੰ ਜਾ ਰਿਹਾ ਔਰ ਹਜ਼ਾਰਾਂ ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਬੱਚੇ ਜਿਹੜੇ ਬਾਹਰ ਜਾ ਰਹੇ ਆ, ਸਾਡੀ ਪੰਜਾਬ ਦੀ ਆਰਥਿਕਤਾ ਬੇਸ਼ੱਕ ਉਹ ਜ਼ਮੀਨ ਜਾਇਦਾਦਾਂ ਵੇਚ ਕੇ ਹੈ, ਕਰਜ਼ਾ ਚੱਕ ਕੇ ਹੈ,
माँ प्यो उन्होंने बाहर भेज रहे हैं पिछले तुस्तां पत्रकारी के खेत्र चों। मैं तो पिछे एक ट्रिब्यून पंजाबी ट्रिब्यून ने रिपोर्ट छापी सी पंजाब की जी, काफ़ी समा हो गया। उन्हें उदो कहा कि 27,000 करोड़ रुपया साल का इस बार पंजाब का बाहर चले जाए, उदू अगले 30,000 करोड़ 40,000 करोड़। जी सूबे की आर्थिकता हर साल 27-30 हज़ार करोड़ 40,000 करोड़ बाहर जाए, वो सूबा आर्थिक तौर पर किमें बचू। मैं पंजाबी है, चेतन है, दर्द रखना पंजाब प्रति, तो पंजाब नू इस दल दल चों कढ़न लई कांग्रेस पार्टी ने दावा 2017 च कीता, और खास तौर दे उत्ते साडे इत्थे जिहड़े वित्त मंत्री है सर मनप्रीत सिंह बादल, वो कहिंदे सी वी मैं दिन रात इस वास्ते चिंतित रहूँगा कि पंजाब नू इस दौर चों बाहर किवें कढ़िया जावे। पर उस दा कोई भी रूप सामने नहीं आया कि पंजाब नू किसे इस जर्जर चो बाहर कढ़िया जा सके। और आम आदमी पार्टी जिन्हें 59 दिन की सरकार चला के दिल्ली के घट गिनती 28 MLA से 59 दिन चली, वो 59 दिन सरकार नहीं कुछ कर सकती बहुता, हालांकि उत्थे पूरियां ताकतां भी नहीं उन्होंने कोले, पर 59 दिन दे विच उन्होंने लोगों का विश्वास जितया भी ये जिहड़े लोग हुण राज करन आए हैं दिल्ली दे विच ये लोगों प्रति समर्पित ने, यही कारण है। उस तो बाद दो बार उत्थे 70 चों 67-72 सीटां लैके सरकार बन गई, उन्होंने भी होका दिता इत्थे पंजाब दे बदलाव दा आके भी पंजाब बदलाव चाहुंदा, पंजाब दा यूथ बदलाव चाहुंदा, असीं पंजाब दे लई कुछ करना चाहुंदे हां, ते मैं भी उस बदलाव दे विच चलिया गया। दूजा जिहड़ी तुसीं गल कीती है, मैं लम्मा समा इत्थे पार्टी रहा, मैं बहुत लम्मा समा सियासत नहीं कीती, लोगों की सेवा की है, पार्टी की सेवा की है। पर 2017 तो बाद मनप्रीत सिंह बादल इत्थे MLA बने जां इत्थे मंत्री बने, जे तुसीं बठिंडे की पिछले 5 साल की कांग्रेस पार्टी की कारगुजारी देखोगे, 5 साल कांग्रेस पार्टी का दफ्तर तो बंद पिया। इत्थे तां मनप्रीत सिंह बादल दी टीम सी जिहड़ी व्हाट्सएप ग्रुप भी चलदा सी, ते जदों इत्थे कांग्रेस सही नहीं सी मैं रहिंदा कित्थे, मनप्रीत सिंह बादल दी टीम दा मैं हिस्सा रहना नहीं चाहुंदा सी, क्योंकि वो जिहड़ी उन्हां दी सोच है वो फ्यूडल सोच है, वो हरेक नूं दबा के रखना चाहुंदे है। मैं इंडिपेंडेंट काम करन वाला बंदा लोकां च मैं नहीं जिहड़ा इक मैं उस पासे वाल भी आना जिद तुसीं इशारा किया, दो चीज़ां तो बठिंडा जाना जाता, एक तो आइलट सेंटर बहुत ने, उहदा तुसीं जिक्र कर ही दिता, पूरी की पूरी रोड ही आइलट सेंटर दी है। दूसरा जिहड़ा जदों बठिंडे दूरों वो चिमनियां जिहड़ियां उह दिसदियां ने, जिहड़ा इत्थे थर्मल सीगा, थोड़ा लगता है कि एक जिहड़ी पछाण बन गया सी वह थर्मल वह हुण नहीं रहूगा, ये बठिंडे नूं ਕਿਵੇਂ ਪ੍ਰਭਾਵਿਤ ਕਰੂਗੀਆਂ ਇਹ ਜਿਹੜੀਆਂ ਚੀਜ਼ਾਂ? ਦੇਖੋ ਜਦੋਂ ਮਨਪ੍ਰੀਤ ਸਿੰਘ ਬਾਦਲ 2017 ਦੀ ਚੋਣ ਲੜਨ ਆਇਆ, ਇਹਦੀਆਂ ਅੱਜ ਵੀਡੀਓ ਕਲਿਪਸ ਕੱਢ ਲਓ ਜੋ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਾਂ ਬਠਿੰਡੇ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਵੀ ਮੈਂ ਇਹਨਾਂ 'ਚੋਂ ਧੂੰਆਂ ਕੱਢੂੰਗਾ। ਹਾਂ ਇਹਨਾਂ, ਪਰ ਉਹਨਾਂ ਨੇ ਚਿਮਨੀਆਂ ਦਾ ਧੂੰਆਂ ਕੱਢਤਾ। ਜਿਹੜਾ ਥਰਮਲ ਪਲਾਂਟ ਬਾਬੇ ਨਾਨਕ ਦੇ ਨਾਂ ਦੇ ਉੱਤੇ ਔਰ 500 ਸਾਲਾਂ ਨੂੰ ਸਮਰਪਿਤ ਦਿਨ ਕਰਕੇ ਬਣਾਇਆ ਸੀ, ਗੁਰੂ ਤੇਗ ਬਹਾਦਰ ਜੀ ਦਾ ਗੁਰਪੁਰਬ ਸੀ, ਜਦੋਂ ਅਸੈਂਬਲੀ ਦੇ ਵਿੱਚ ਮਤਾ ਪਾਇਆ ਇਹਨਾਂ ਨੇ ਕੈਬਨਿਟ 'ਚ ਪਾਸ ਕੀਤਾ ਇਹਨੂੰ ਢਾਉਣ ਦਾ ਅਤੇ ਟ੍ਰਾਂਸਫਰ ਕਰਨ ਦਾ। ਗੁਰੂਆਂ ਦੇ ਨਾਂ 'ਤੇ ਬਣੀ ਚੀਜ਼ ਅਤੇ ਗੁਰੂਆਂ ਦੇ ਦਿਨ ਇਹਨਾਂ ਨੇ, ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਮੰਤਰੀ ਸੀ, ਉਸ ਕਮੇਟੀ ਦਾ ਚੇਅਰਮੈਨ ਸੀ, ਸਭ ਤੋਂ ਵੱਡਾ ਰੋਲ ਔਰ ਸਭ ਤੋਂ ਵੱਡੀ ਬਠਿੰਡੇ ਦੇ ਲੋਕਾਂ ਦੇ ਨਾਲ ਬੇਵਿਸ਼ਵਾਸੀ ਜਾਂ ਵਿਸ਼ਵਾਸਘਾਤ ਕੀਤਾ। ਇਹ ਧਰੋਹਰ ਸੀ ਬਠਿੰਡਾ, ਬਠਿੰਡੇ ਥਰਮਲ ਅਤੇ NFL ਆਉਣ ਤੋਂ ਬਾਅਦ ਬਠਿੰਡੇ ਦਾ ਵਿਕਾਸ ਸ਼ੁਰੂ ਹੋਇਆ ਸੀ, ਹਜ਼ਾਰਾਂ ਬੰਦਾ ਇੱਥੇ ਕੰਮ ਕਰਦਾ ਸੀ, 10,000 ਪਰਿਵਾਰ ਰੋਟੀ ਖਾ ਰਿਹਾ ਸੀ, ਜਿਹੜਾ ਇਹਨਾਂ ਨੇ ਢਹਿ ਢੇਰੀ ਕਰਤਾ, ਉਹਦੀ ਜ਼ਿੰਮੇਵਾਰੀ ਸਾਰੀ ਹੈ ਮਨਪ੍ਰੀਤ ਸਿੰਘ ਬਾਦਲ 'ਤੇ ਹੈ। ਗੱਲ ਸਾਹਿਬ ਜਿਹੜਾ ਤੁਸੀਂ ਜ਼ਿਕਰ ਕੀਤਾ, ਇਹ ਕਿਹਾ ਜਾਂਦਾ ਕਿ ਨਿਗਮ ਦੀਆਂ ਜਿਹੜੀਆਂ ਚੋਣਾਂ ਹੋਈਆਂ, ਤੁਹਾਡਾ ਬਹੁਤ ਵੱਡਾ ਹੱਥ ਸੀਗਾ ਉਹ ਨਿਗਮ ਦੀਆਂ ਚੋਣਾਂ ਜਿਤਾਉਣ ਦੇ ਵਿੱਚ। ਮੈਂ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਤੁਸੀਂ ਸਿਆਸਤ ਦੇ ਵਿੱਚ ਜ਼ਰੂਰ ਸੀਗੇ,
पर लोगों के नेड़े सके और एक कहा जाता कि एक पिलर सी मनप्रीत सिंह बादल होर की चाहे विधानसभा की चोण सी चाहे निगम वाली जड़िया चोणा और जो तुहाडे नाल धक्का होया कि वो एक कारण रहा कि तुसी नाराज हो गए उधरों पन्नू साहब मैं कल मनप्रीत सिंह बादल की चोण का ही हिस्सा नहीं सी मेरी आदत सी जां मैं समर्पित सी इत्थे जदों दा ही मैं इलैक्शन प्रोसैस दे विच राजनीतिक इत्थे कोई कैंडीडेट आ गया भावें इत्थे सुरिंदर सिंगला बाहरों आया भावें इत्थे मनप्रीत बादल चोण लड़न आया मैं कदे सोचदा ही नहीं सी जो फैसला हो गया सुनू चाहिए भी चुप करके आपदा उस पार्टी के लिए कम करो और मैं किया जिनी मेरी समर्था होंगी सी मेरे दोस्तों की समर्था होंगी सी मैं पार्टी तो अलावा भी जी आपकी ताकत सी वो कैंडीडेट के हक भुगता सी जितों तक कारपोरेशन की चोणों का सवाल है मैं तो ऐतकी चोण लड़ना नहीं चाहता सी क्योंकि मैं इस तो बाद मेरा मन सी भी आपां किसी सोशल कम्मां दे विच आपदे जीवन नूं बताइए राजनीति तो किनारा कर दिए राजनीति बहुत कोई बहुत ही चंगी लोग इनू बाली अच्छी नज़र नाल ही देख रहे जे तुसी मैं तो मैनू बेवाकी नाल कहना चाहिए कि राजनीतिक बंदियां नू जिहड़े सधारण लोग ने ना वो ऐ समझदे आ वी जिवें चोर होण साडे नाल ठगी मार जाणगे मैं तो बिल्कुल फैसला कर लिया सी मैनू तो मनप्रीत सिंह बादल ने आप कहा भी तुसी चोण लड़ो मैं जवाब भी दिता मैं नहीं लड़नी ये कहिंदे भी साडे कोले कोई मेयर दा फेस नहीं तुहानू लड़नी पऊ पार्टी दा हुकम सी मैं लड़ लिया जदों मेयर दी चोण हुई मैनू कोई इतराज नहीं मेयर देखो जिते कैंडीडेटां चों बनना हुंदा मैनू ये भी नहीं कि इन्होंने मैनू रिसीव किया क्योंकि सत्ता जिहदे कोले हुंदी आ उह आपदी मर्जी नाल सत्ता वरतदा कोई भी सत्ताधारी बंदा खास तौर दे उत्ते जिहदी सोच फ्यूडल होवे उह नहीं चाहुंदा कि कोई इंडिपेंडेंट सोच दा बंदा किसी ऐस अहुदे ते असीन होवे जिथे जे उहनू कोई कम खब्बे सज्जे करन नूं कहा जावे मूहरों जवाब दे दे जां अटके खड़ जे मैं अज तक जे ट्रस्ट दा चेयरमैन रहा मैं इत्थे म्यूनिसिपल कमेटी बठिंडा दा आजाद आपदे बंदे जिता के आजाद प्रधान रहे 1995-97 मेरा काम करदा ढंग लोक हित ते आपदे आप सी मैनूं कोई इतराज नहीं सी शहर चाहुंदा सी शहर दीआं भावनावां ने खलवाड़ किया शहर चाहुंदा सी कि मैनूं मेयर बनाया जावे मेरे नाल नहीं इन्होंने शहर के लोगों दीआं बठिंडे दे वोटरां दीआं भावनावां नाल खलवाड़ किया क्योंकि जगह जगह जाके मैं पार्टी लई प्रचार किया मैनूं इस करके लैके गए और जिहड़ा जिथों तक सवाल है जे इन्होंने मैनू मन लो मेरे ते इन्हां नूं यकीन नहीं सी फिर भी इत्थे सीजनड बंदा बनाया जाना चाहिए सी शहर बहुत वड्डा है मुश्किलां बड़ियां ने पर जिस नूं नॉमीनेट इन्होंने किया बतौर मेयर वो तो मैं सत्कार करना साडी मेयर साहबा ने तो बेचारी बिल्कुल रा हैंड लड़की है तो फिर जिहड़ा कमजोर हत्थां दे विच किसे भी संस्था दा प्रबंध है जिहड़ा वो लोक हित च नहीं एक तुसीं जिक्र कीता सी कि मनप्रीत सिंह बादल दा एक ग्रुप है जिहड़ा चलाउंदा कांग्रेस दा किते है नहीं वो जिहड़ा जिक्र आउंदा उन्होंने रिश्तेदार दा जोजो वाला ये उही है उन्होंने दा जिहड़ा ज़्यादा दिसदा क्योंकि चर्चा बड़ा रहिंदा इस चीज़ का जदों आपां करप्शन की गल करदे आं तो उदों उहदा भी बड़ा जिहड़ा जिक्र आउंदा तुसीं उस पासे वाला इशारा कीता कि उह ग्रुप है कि जिहड़ा चला रहा उहदे च कांग्रेस तां मनफी है नहीं 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 इत्थे कांग्रेस पार्टी नूं दी होंद ही खत्म करती कदे कोई मीटिंग कांग्रेस पार्टी दे दफ्तर च नहीं सी हुंदी इन्हों का जो वट्सअप ग्रुप से वो मनप्रीत सिंह बादल ग्रुप बजता से बदकिस्मती तो यह सी भी साढ़े जिले का प्रधान उस ग्रुप का मैंबर से जिस प्रधान ने प्रधान का रुतबा मंत्री तो उत्ते हुंदा जो करे चाहे पर इस दा प्रधान ही उहदा मैंबर सी पार्टी की कहीए वह तो मनप्रीत सिंह बादल का एक परसनल उसने आपदी बठिंडे शहर की एक पार्टी खड़ी कर दी मनप्रीत सिंह बादल की पार्टी कांग्रेस पार्टी तो है ही नहीं इत्थे ना इतने कांग्रेस पार्टी के कारकुन नूं कदे किसे ने पुछिया उन्होंने नाम के नाल जिहड़ा पिंड लगता पिंड का जिक्र आउंदा बादल फिर बादल परिवार की जिहड़ी गल आ जाती है कि 19 दे विच फिर जिहड़ी वो लोक सभा की चोण हुई उस पासे वल भी इशारा है कि वह भुगतदे तां उधरले पासे नूं ही है देखो जी बादल परिवार दे विच इक खासियत है मैं दोष नहीं लाउंदा इकट्ठे रहिंदे आ अज भी इकट्ठे आ पहलां भी इकट्ठे सी इकट्ठे रहिंदे अड अड नहीं हुंदे लोग अड हो जांदे लोगों अड करदे
राजनीतिक तौर पर लोगों को वंड के रखते हैं पर आप कट्ठे रहिंदे आ। हुण लेटेस्ट कैप्टन अमरिंदर सिंह होरां ने यह कहा कि मैनू तां मनप्रीत सिंह बादल होरी ये कहिंदे रहे कि खजाना खाली है तो जदों चरणजीत सिंह चन्नी होरी बन गए तो वह कढ के जिहड़े पैसे सीगे उन्हां नू सारे दे दिते। इहदे पिछे फिर साजिश की है क्योंकि इस वेले जे आपां सोशल मीडिया की गल करिए गिल साहब उहदे उत्ते एक चीज़ तो बहुत वायरल हुंदी खजाना खाली है तो ये उन्हों का पैट वर्ड बन गया मनप्रीत सिंह बादल होर जुड़ गया चाहे वो अकाली दल के वेले फाइनेंस मिनिस्टर से चाहे बाद दे विच तो ये पिछे तुहानू लगता है कि कोई किते ना किते साजिश हैगी है। जिहड़े मनप्रीत सिंह बादल से खजाना खाली की गल की है मनप्रीत सिंह बादल जो किसी नूं पैसा देन लगता ना भावें उहदा ही पैसा होवे इहनूं ये लगता भी मेरी जेब चों कुछ कढ के लैके चलिया मैं उदाहरण दे सकदा मेरा दोस्त सी उहदे ब्रदर इन लॉ की लड़की की शादी सी वो मार्कफेट दे विच मुलाजम सी हुण पैसे की मुलाजम नूं लोड शादी वेली हुंदी है लड़की की शादी रखी सी वो मैनू कहिंदा बई जी मैं 25 लाख रुपए का जिहड़ा ना आपदे जी पी फंड चों कढाउणा तो मैं उन्होंने मैंने तो मैं मुलाजम नहीं ना ही साडा कोई मुलाजम है मैं कहा पर ये की गल तू कढ़ा ला तेरे पैसे है कहिंदा नहीं जी कढ़दे नहीं दिंदे नहीं मैं मैं इन्हां दे पीए नूं फोन किया तो कहिंदा जी कर देंगे 7 दिन टप गए वो दुआरे आया कहिंदा जी मेरे तो 10 दिन ब्याह च रह गए मैं उन्होंने फोन किया वो कहिंदा जी ये तो जिहड़े ना फंड है मनप्रीत मंत्री जी दे साइन हुंदे आ फिर पी पी सिंह कोले जांदा है फिर खजाने नूं हुंदा है तार ली रहू तो मैं यार अगले का पैसा तुसीं किवें रखी बैठे यानी किसी का जी पी फंड मुलाजम ने नौकरी की है ये तो वो भी कट के देने तैयार नहीं से बाकी आम लोगों वास्ते तो खजाना खाली होना ही है। फिर गिल साहब हुण जदों कि बहुत चंगी पोजिशन दे विच इस वेले तुसीं चल रहे हो कि तुसीं इस सीट नूं जितो भी जे सरकार थोड़ी आ जाती है क्योंकि थोड़ा फोकस तो बठिंडे दे उत्ते रहना थोड़ा क्योंकि यही होम टाउन भी है इत्थे ही तुसीं काम कीता किहड़ियां प्रायोरिटीज़ होणगियां जिहड़ियां कि तुसीं बठिंडे दे वास्ते शुरुआती दौर दे विच करनियां चाहोगे चाहे जिवें मर्जी करो। देखो पन्नू साहब गल ये है अज तक मैं जिन्नियां चोणां लड़ियां बेशक मैं लोकल लड़ियां ने मैं कदे नहीं मन्निया कि मेरी चोण मैं लड़ रही जे तुसीं कही है भी तुहाडी पोजीशन ठीक है लोकां दी किरपा है मेरी चोण हमेशा लोक लड़दे ऐतकी भी मेरा बठिंडे दे वोटरां ते शहरियां ते टेक है वह बड़ी हमदर्दी नाल तनदेही नाल मेरी मदद करदे है गुरु किरपा करो अगर मैनू विधानसभा दे विच बठिंडे दे लोकां ने भेजिया और पार्टी की सरकार बनी जे तो मैं आजाद कैंडीडेट लड़दा होवां तो मैं आपदियां तरजीहां दस सकदा आम आदमी पार्टी की सरकार ने पार्टी ने फैसला किया कि साढ़े जिहड़े थिंक टैंक दिल्ली बैठे ने पिछले लंबे समय तो पंजाब की हर समस्या नूं बरीकी नालों घोख रहे है बेशक वो मजदूरां दी समस्या है व्यापारी की समस्या है किसान की समस्या है विद्यार्थियों की समस्या है इंपलाईज की समस्या है उन्हां समस्या नूं लैके जे जे पार्टी जिहड़ी मैनीफेस्टो तैयार करूगी देखो हर पार्टी पिछले सालों दे विच कढ़ लो वो कहिंदी है कि साडा मैनीफेस्टो पंजाब दे हित च है जी वो दिंदी है साडी पार्टी जिहड़ा मैनीफेस्टो दिऊ मेरी सब तो पहली प्रायोरिटी हो मैं हर समय जेड़ा भी साड़ा मुख्यमंत्री का चेहरा भगवंत मान जी है उन्होंने मोढ़िया से बैठा रहूँ कि इन प्रायोरिटीज कले बठिंडे नहीं सारे पंजाब नाल से वायदा किया पूरा किया जाए क्योंकि मैनीफेस्टो ते लोग यकीन करन हट के भी तो आते हैं यार हर सारिया पार्टियां आदि ने भी उत्तों पार्टी का नाँ पाड़ दो थले सारा कुछ एक ही चीज़ होंगी है इस करके मेरी तरजीह पहली तो यह हो बाकी जड़िया दूजिया समस्यावान बठिंडे दोकल समस्यावान ने उन्हों मैं पहला भी 40-45 साल का जूझदा बेशक इतने पानी की निकासी की समस्या है इतने आवारा पशुओं की समस्या है इतने कई महल्ले ने उत्थे कोई पार्कों की समस्या है इन्हों मैं छोटिया समस्यावान समझदा जड़िया सरकार बनते डील की जा सकदियां ने पर कोई रोड मैप बनाने पैणगे मैं जदों प्लैनिंग बोर्ड का चेयरमैन सी साढ़े इस इलाके दे विच मनप्रीत सिंह बादल ने वादा किया सी 21 ने 26 नकाती प्रोग्राम बठिंडे वास्ते जारी किया सी
ਜਦੋਂ ਤੁਸੀਂ ਪੂਰਾ ਹੀ ਨਹੀਂ ਕਰਨਾ ਜਾਰੀ ਕਿਉਂ ਕਰੋ? ਤੁਸੀਂ ਉਹਨਾਂ ਨੂੰ ਕਹੋ ਵੀ ਤੁਸੀਂ ਮੈਨੂੰ ਚੁਣ ਕੇ ਭੇਜੋ, ਜੋ ਕੁਛ ਤੁਹਾਡੇ ਹਿੱਤ 'ਚ ਕਰ ਸਕੂੰਗਾ ਔਨ ਗਰਾਊਂਡ 'ਤੇ ਤੁਹਾਨੂੰ ਦਿਸੂਗਾ। ਇਹਨਾਂ ਨੇ ਵਾਇਦਾ ਕੀਤਾ ਵੀ ਸਾਡੇ ਇਸ ਇਲਾਕੇ 'ਚ ਅਸੀਂ ਇੱਕ ਸੈਰਗਾਹ ਪਾਰਕ ਬਣਾਵਾਂਗੇ ਜੀ। ਅਸੀਂ ਸਾਡੀ ਮੀਟਿੰਗ ਚੱਲ ਰਹੀ ਸੀ ਡਿਸਟ੍ਰਿਕਟ ਪਲੈਨਿੰਗ ਬੋਰਡ ਦੀ, ਮੈਂ ਉੱਥੇ ਇਹਨਾਂ ਨੂੰ ਮਸਲਾ ਉਠਾਇਆ। ਮੈਂ ਕਿਹਾ ਜੀ ਆਪਾਂ ਵਾਇਦਾ ਕੀਤਾ ਲੋਕਾਂ ਨਾਲ, ਸਾਨੂੰ ਉੱਧਰ ਕਹਿੰਦੇ ਜੀ 200 ਕਰੋੜ ਰੁਪਈਆ ਜਗ੍ਹਾ ਵਾਸਤੇ ਚਾਹੀਦਾ, ਕਿੱਥੋਂ ਬਣਾਵਾਂਗੇ? ਮੈਂ ਕਿਹਾ ਮੈਂ ਬਿਨਾਂ ਪੈਸਾ ਲੱਗੇ ਤੋਂ ਤੁਹਾਨੂੰ ਪ੍ਰਪੋਜ਼ਲ ਦੇ ਦਿੰਦਾ। ਨਹਿਰ ਦੇ ਨਾਲ ਮੈਂ ਕਿਹਾ ਫੋਰੈਸਟ ਲੈਂਡ ਪਈ ਹੈ, ਦਰਖਤ ਲੱਗੇ ਲਗਾਏ ਹੈ, ਇਕੱਲਾ ਡਿਵੈਲਪ ਕਰਨ ਦੀ ਲੋੜ ਹੈ, ਉਸ 'ਤੇ 1-2 ਕਰੋੜ ਰੁਪਈਆ ਲੱਗਦਾ ਸਾਰਾ। ਚਲੋ ਪਾਸ ਮੇਰੇ ਇਲਾਕੇ ਦੇ ਵਿੱਚ ਹੋ ਗਈ ਸੀ, ਇਹਨਾਂ ਨੇ ਸ਼ਹਿਰ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਉਹਨੂੰ ਸ਼ਿਫਟ ਕਰ ਲਿਆ। ਮੈਨੂੰ ਕੋਈ ਇਤਰਾਜ਼ ਨਹੀਂ, ਮੈਂ ਸ਼ਹਿਰ ਦਾ, ਮੇਰਾ ਸ਼ਹਿਰ ਹੈ। ਜਿਹੜੀਆਂ ਉਹੋ ਜਿਹੀਆਂ ਤਰਜੀਹਾਂ ਜੇ ਮੈਂ ਉਦੋਂ ਪ੍ਰਪੋਜ਼ਲ ਦੇ ਸਕਦਾ ਜੇ ਮੇਰੇ ਕੋਲ ਸਤਾ ਆ ਗਈ, ਮੈਂ ਉਹਨਾਂ ਨੂੰ ਸਿਰੇ ਚੜ੍ਹਾਉਣ ਦੀ ਕੋਸ਼ਿਸ਼ ਕਰੂੰ। ਔਰ ਖਾਸ ਤੌਰ ਦੇ ਉੱਤੇ ਜਿਹੜਾ ਆਵਾਰਾ ਪਸ਼ੂਆਂ ਦੀ ਸਮੱਸਿਆ, ਮੈਂ ਪ੍ਰਪੋਜ਼ਲ ਦੱਸ ਰਿਹਾ, ਮੈਂ ਵੀ ਮੇਰੀ ਪ੍ਰਪੋਜ਼ਲ ਨੂੰ ਉਸ ਸਮੇਂ ਸਰਕਾਰਾਂ ਮੰਨਣ ਜਾਂ ਨਾ ਮੰਨਣ, ਜਾਂ ਜਦੋਂ ਮੈਂ ਲੈ ਕੇ ਜਾਊਂਗਾ ਉਹਦੇ 'ਚ ਹੋਰ ਕੋਈ ਹਿੰਡਰਸ ਬਿਊਰੋਕ੍ਰੇਸੀ ਪਾਉਂਦੀ ਆ, ਉਹਨੂੰ ਕਿਵੇਂ ਡੀਲ ਕਰਨਾ, ਇਹ ਅਗਲੀਆਂ ਗੱਲਾਂ ਨੇ। ਜੇ ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਡੀਲ ਕਰਨਾ ਹੋਵੇ, ਸਭ ਤੋਂ ਵੱਡੀ ਸਮੱਸਿਆ ਜਗ੍ਹਾ ਦੀ ਹੈ। ਨਹਿਰਾਂ ਦੇ ਕਿਨਾਰਿਆਂ ਦੇ ਉੱਤੇ 1000 ਏਕੜ ਜਗ੍ਹਾ ਪਈ ਹੈ ਕਿਲੋਮੀਟਰਾਂ 'ਚ, ਤੁਸੀਂ ਉਸਦੇ 4 ਚੁਫੇਰੇ ਪ੍ਰਬੰਧ ਕਰ ਦਿਓ ਕਿ ਪਸ਼ੂ ਉਸ 'ਚੋਂ ਬਾਹਰ ਨਾ ਜਾ ਸਕਣ। ਦਰਖਤ ਉੱਥੇ 100-100 ਸਾਲ ਦੇ ਹੈ, ਗਊਆਂ ਦਰਖਤਾਂ ਨੂੰ ਤੋੜਦੀਆਂ ਨੇ, ਤੁਸੀਂ ਉਹਨਾਂ ਦੇ ਵਿੱਚ ਹੀ ਉਹਨਾਂ ਨੂੰ ਛੱਡੋ। ਔਰ ਇੱਕ ਕਿਸਮ ਦੀਆਂ ਓਪਨ ਗਊਸ਼ਾਲਾਵਾਂ ਇਸ ਤਰ੍ਹਾਂ ਦੀਆਂ ਨਹਿਰਾਂ ਦੇ ਉੱਤੇ ਸਾਰੇ ਪੰਜਾਬ 'ਚ ਬਣਾਈਆਂ ਜਾ ਸਕਦੀਆਂ, ਜਿਹਦੇ 'ਚ ਪੈਸਾ ਨਹੀਂ ਲੱਗਦਾ, ਉਹਦੀ ਮੇਨਟੇਨੈਂਸ 'ਤੇ ਪੈਸਾ ਲੱਗੂ, ਲੋਕ ਗਊ ਧਨ ਨੂੰ ਸਾਂਭਣ ਵਾਸਤੇ ਪੈਸਾ ਦੇਣ ਨੂੰ ਤਿਆਰ ਹੈ। ਚਲ ਸਰ, ਲਾਸਟ ਸਵਾਲ ਤੁਹਾਨੂੰ, ਕਿਉਂਕਿ ਤੁਹਾਡਾ ਤਜਰਬਾ ਜਿਹੜਾ ਉਹ ਇੱਕ ਸੀਟ ਤੱਕ ਸੀਮਤ ਨੀਗਾ, ਜਿਵੇਂ ਬਹੁਤ ਵਧੀਆ ਤੁਸੀਂ ਆਈਡੀਆ ਇਹ ਦੱਸਿਆ ਕਿ ਜੇ ਨਹਿਰਾਂ ਕੰਢੇ ਗਊਸ਼ਾਲਾਵਾਂ ਓਪਨ ਬਣਾ ਦਿੱਤੀਆਂ ਜਾਣ, ਤੁਹਾਨੂੰ ਇਹ ਲੱਗਦਾ ਹੈ ਕਿ ਪੰਜਾਬ ਦਾ ਨਿੱਘਰ ਗਿਆ ਜਿਹੜਾ ਢਾਂਚਾ ਬਹੁਤ ਬੁਰੇ ਤਰੀਕੇ ਦੇ ਨਾਲ, ਇਹ ਵਾਕਿਆ ਸੁਧਾਰਿਆ ਜਾ ਸਕਦਾ? ਪੰਜਾਬ ਬੜੇ ਵਾਰੀ ਡਿੱਗਿਆ, ਬੜੇ ਵਾਰੀ ਉੱਠਿਆ। ਪੰਜਾਬ ਉਸ ਕਾਲੇ ਦੌਰ 'ਚ ਵੀ ਗਿਆ ਜਦੋਂ ਕੋਈ ਬਾਹਰ ਨਿਕਲਣ ਨੂੰ ਤਿਆਰ ਨਹੀਂ ਸੀ। ਪੰਜਾਬ ਦੀ ਇੰਡਸਟਰੀ ਗੋਬਿੰਦਗੜ੍ਹ ਮੰਡੀ 'ਚੋਂ ਸ਼ਿਫਟ ਹੋਈ। ਪੰਜਾਬ ਦੇ ਲੋਕਾਂ ਦੇ ਵਿੱਚ ਮੇਰਾ ਯਕੀਨ ਹੈ, ਉਹ ਐਡੇ ਮਿਹਨਤੀ ਨੇ, ਇੱਥੇ ਨੀਤੀਆਂ ਸਹੀ ਕਰਨ ਦੀ ਲੋੜ ਹੈ, ਲੋਕਾਂ ਨੂੰ ਸਾਧਨ ਦੇਣ ਦੀ ਲੋੜ ਹੈ। ਪੰਜਾਬ ਦੇ ਵਿੱਚ ਪੰਜਾਬ ਦਾ ਕਿਸਾਨ ਦੱਸੋ ਕੀ ਪੈਦਾ ਨਹੀਂ ਕਰ ਸਕਦਾ? ਮੈਂ ਜਦੋਂ 2002 ਦੀ ਸਰਕਾਰ ਸੀ, ਮੈਂ ਲਿਖਤੀ ਦੇ ਕੇ ਆਇਆ ਸੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਮੇਰੇ ਉਹਨਾਂ ਨਾਲ ਰਿਲੇਸ਼ਨ ਬੜੇ ਵਧੀਆ ਸੀ ਜੀ। ਚਲੋ ਇੰਪਲੀਮੈਂਟ ਨਹੀਂ ਹੋਈਆਂ, ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ADO ਭਰਤੀ ਕਰਦੀ ਆ ਪੰਜਾਬ ਸਰਕਾਰ, ਐਗਰੀਕਲਚਰ ਡਿਵੈਲਪਮੈਂਟ ਅਫਸਰ, ਬੜੀ ਵਧੀਆ ਗੱਲ ਹੈ, ਸਾਨੂੰ ਕਲਸਟਰ ਬਣਾ ਦੇਣੇ ਚਾਹੀਦੇ ਹੈ, ਵੀ ਆਹ 3 ਪਿੰਡਾਂ ਦੀ ਜ਼ਿੰਮੇਵਾਰੀ ਇਸ ADO ਦੀ ਹੈ, ਜਿਹੜਾ ਲੋਕਾਂ ਨੂੰ ਅਸੀਂ ਦਫ਼ਤਰਾਂ ਦੇ ਵਿੱਚ ਬਹਿ ਕੇ ਵੀ ਤਾਂ ਕਹਿੰਦੇ ਹੀ ਹਾਂ ਨਾ ਵੀ ਖੇਤੀ ਇਸ ਢੰਗ ਨਾਲ ਕਰੋ, ਉਹ ਉਹਨਾਂ ਨੂੰ ਗਾਈਡ ਕਰਨ, ਅਤੇ ਨਾਲ MBA ਮੁੰਡੇ ਭਰਤੀ ਕਰੋ। ਪੰਜਾਬ ਦਾ ਕਿਸਾਨ ਸਭ ਕੁਛ ਪੈਦਾ ਕਰ ਦਿੰਦਾ, ਉਹਦੀ ਬਦਕਿਸਮਤੀ ਹੈ ਮਾਰਕੀਟਿੰਗ ਨਹੀਂ ਕਰ ਸਕਦਾ। ਜੇ ਕਿਸਾਨ ਦੀ ਪੈਦਾ ਕੀਤੀ ਚੀਜ਼ ਨੂੰ ਮਾਰਕੀਟਿੰਗ ਕਰਕੇ ਜਿਹੜਾ ਵਿਚੋਲੀਆ ਬੰਬੇ ਬੈਠਾ ਕਰੋੜਾਂਪਤੀ ਹੋ ਸਕਦਾ, ਜੇ ਪੰਜਾਬ ਦੇ ਕਿਸਾਨ ਨੂੰ ਮਾਰਕੀਟਿੰਗ ਦੀ ਸਹੂਲਤ ਸਰਕਾਰ ਕਰਕੇ ਦੇਵੇ, ਮਾਰਕੀਟਿੰਗ ਦੇ ਜਿਹੜੇ ਸਥਾਨ ਹੈ ਉਹਨੂੰ ਦੱਸੇ, ਕਿਸਾਨ ਸਭ ਕੁਛ ਪੈਦਾ ਕਰੂ। ਕਿਸਾਨ 80% ਸਾਡਾ ਸੂਬਾ ਕਿਸਾਨੀ 'ਤੇ ਆਧਾਰਿਤ ਹੈ। ਔਰ ਜਿਹੜਾ ਯੂਥ ਹੈ, ਤੁਸੀਂ ਦੇਖੋ ਅਖਬਾਰਾਂ ਦੇ ਵਿੱਚ ਆਉਂਦਾ ਹੈ, ਇੰਜੀਨੀਅਰਿੰਗ ਮੁੰਡਿਆਂ ਨੇ ਛੱਡ ਕੇ ਫੁੱਲਾਂ ਦੀ ਖੇਤੀ ਕੀਤੀ, ਮਟਰਾਂ ਦੀ ਖੇਤੀ ਕੀਤੀ, ਘੁਲਾੜੇ ਲਾ ਕੇ ਗੁੜ ਜਿਹੜਾ ਔਰਗੈਨਿਕ ਪੈਦਾ ਕਰਨਾ ਸ਼ੁਰੂ ਕੀਤਾ, ਔਰ ਡਰੈਗਨ ਫਰੂਟ ਮਾਨਸਾ ਦੇ ਕੋਲ ਲਾਇਆ, ਅਤੇ ਉਸ 'ਚੋਂ ਮੈਂ ਤਾਂ ਅਖਬਾਰ 'ਚ ਪੜ੍ਹਿਆ, ਮੈਂ ਮਿਲਿਆ ਨਹੀਂ ਜਾ ਕੇ, ਉਹਨਾਂ ਨੇ ਕਿਹਾ ਸੀ 4-4 ਲੱਖ 5-5 ਲੱਖ ਰੁਪਇਆ ਕਿੱਲੇ ਦਾ ਕਮਾਇਆ, ਅਤੇ ਕਿਉਂ ਨਹੀਂ ਹੋ ਸਕਦਾ ਫਿਰ ਪੰਜਾਬ ਕਿਉਂ ਨਹੀਂ ਇਸ ਕਾਲੇ ਦੌਰ 'ਚੋਂ ਨਿਕਲ ਸਕਦਾ? ਜ਼ਰੂਰ ਨਿਕਲੇਗਾ। ਬਹੁਤ ਮਿਹਰਬਾਨੀ, ਧੰਨਵਾਦ ਜੀ ਤੁਹਾਡਾ, ਔਰ ਤੁਹਾਨੂੰ ਸ਼ੁਭ ਇੱਛਾਵਾਂ ਨੇ ਕਿ ਤੁਸੀਂ ਜਿਸ ਇਮਾਨਦਾਰੀ ਦੇ ਨਾਲ ਪਿਛਲੇ ਸਮੇਂ ਤੋਂ ਸਿਆਸਤ ਦੇ ਵਿੱਚ ਰਹੇ ਹੋ, ਘੱਟੋ ਘੱਟ ਤੁਸੀਂ ਉਹਨੂੰ ਕਾਇਮ ਜ਼ਰੂਰ ਜਿਹੜਾ ਜੀ ਉਹ ਰੱਖਣਾ, ਕਿਉਂਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਮਿਲ ਕੇ ਇੱਕ ਆਸ ਵੱਜਦੀ ਹੈ
कि नहीं सारा कुछ भी जिवें तुसीं कहा कि लोग आम सोचण लग गए कि पता नहीं ये चोरी जिहड़े हो जांदे ने साडे खेत्र दे विच भी पत्रकारी दे खेत्र दे विच भी ये चलता है कि जदों कोई बंदा गल करदा होवे सोचदे पता नहीं ये ब्लैकमेल रही है ये हर जगह दे उत्ते है पर फिर भी गुरबाणी कहिंदी कि को हरिया बूट रहे हो रही बड़े सारे लोग अजे भी जिहड़े वह बैठे ने ਤੁਸੀਂ ਹੌਸਲਾ ਕਰਕੇ ਹੁਣ ਉੱਪਰ ਵਾਲੀ ਜਗ੍ਹਾ ਦੇ ਉੱਤੇ ਵਿਧਾਨ ਸਭਾ ਦੀ ਚੋਣ ਲੜਨ ਲੱਗੇ ਹੋ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਲੋਕ ਜਿਹੜੇ ਨੇ ਜਿਹੜੇ ਚੇਂਜਸ ਚਾਹੁੰਦੇ ਨੇ ਉਹ ਕੁਛ ਨਾ ਕੁਛ ਬਦਲ ਸਕਣਗੇ ਉਹਨੂੰ ਸਭ ਮਨੁੱਖ ਦਾ ਸੁਭਾਅ 50 ਸਾਲ ਤੱਕ ਪੱਕ ਜਾਂਦਾ ਹੈ ਤੁਸੀਂ ਅਨਾਲਿਸਿਸ ਕਰ ਰਹੇ ਹੋ ਸਮਾਜ ਦਾ ਮੈਂ ਸਮਾਜ ਸ਼ਾਸਤਰੀ ਤਾਂ ਨਹੀਂ 50 ਸਾਲ ਤੱਕ ਜਿਸ ਬੰਦੇ ਦੀ ਜਿਹੜੀਆਂ ਆਦਤੀਆਂ ਤੁਸੀਂ ਜ਼ੋਰ ਲਾ ਲਿਓ ਉਸ ਤੋਂ ਬਾਅਦ ਬਦਲ ਨਹੀਂ ਸਕਦੇ ਮੇਰੀ ਤਾਂ 70 ਸਾਲ ਦੀ ਉਮਰ ਹੋ ਗਈ ਹੁਣ ਕਿਵੇਂ ਬਦਲੂੰਗਾ ਮੈਂ ਤਾਂ ਲੋਕਾਂ ਦਾ ਬੰਦਾ ਲੋਕਾਂ 'ਚ ਹੀ ਰਹੂੰਗਾ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮੱਚ ਇਹ ਸਨ ਜੀ ਜਗਜੂਤ ਸਿੰਘ ਗਿੱਲ ਜੀ ਔਰ ਇਸ ਵਾਰੀ ਇਹ ਬਠਿੰਡਾ ਸ਼ਹਿਰੀ ਤੋਂ ਚੋਣ ਲੜ ਰਹੇ ਨੇ ਇੱਕ ਗੱਲ ਜਿਹੜੀ ਉਹਨਾਂ ਨੇ ਕਮਾਲ ਦੀ ਜਿਹੜੀ ਸਭ ਤੋਂ ਕਹੀ ਹੈ ਜਿਹੜੇ ਮੈਂ ਹਮੇਸ਼ਾ ਉਸ ਚੀਜ਼ ਨੂੰ ਪ੍ਰਮੋਟ ਕਰਦਾ ਜਿੰਨੀ ਦੇਰ ਤੱਕ ਖੇਤੀ ਦੇ ਨਾਲ ਰਿਲੇਟਡ ਛੋਟੀ ਛੋਟੀ ਇੰਡਸਟਰੀ ਜਾਂ ਮਾਰਕੀਟਿੰਗ ਉਹ ਨਹੀਂ ਆ ਜਾਂਦੀ ਉਨੀ ਦੇਰ ਤੱਕ ਸਮੱਸਿਆ ਦਾ ਹੱਲ ਨਹੀਂ ਹੋ ਸਕਣਾ ਮੈਂ ਜਦੋਂ ਵੀ ਕ੍ਰੋਸ ਕਰਦਾ ਬਰਨਾਲੇ ਤੋਂ ਬਠਿੰਡੇ ਨੂੰ ਆਉਂਦੇ ਹਾਂ ਤਾਂ ਰਸਤੇ ਦੇ ਵਿੱਚ ਜਿਹੜੇ ਘਰਾਟਾਂ ਦਾ ਆਟਾ ਵੇਚਣ ਵਾਲੇ ਉਹ ਛੋਟੇ ਛੋਟੇ ਬੈਠੇ ਨੇ ਇਹ ਸਾਡੀ ਇੰਡਸਟਰੀ ਜਿਹੜੀ ਹੈ ਇਹ ਵੱਧ ਫੁੱਲ ਕੇ ਪੂਰੇ ਮੁਲਕ ਪੱਧਰ ਦੇ ਉੱਤੇ ਕਿਉਂ ਨਹੀਂ ਜਾ ਸਕਦੀ ਘਰਾਟਾਂ ਦਾ ਆਟਾ ਹਰੇਕ ਕੋਈ ਖਰੀਦੂਗਾ ਗੱਲ ਬਹੁਤ ਛੋਟੀ ਜਿਹੀ ਹੈ ਪਰ ਵੇਖਿਆ ਜਾਵੇ ਤਾਂ ਉਹਦੇ ਮਾਇਨੇ ਬੜੇ ਵੱਡੇ ਨੇ ਇੱਥੇ ਰੁਜ਼ਗਾਰ ਵੀ ਮਿਲੂਗਾ ਸਾਡੀ ਕਣਕ ਜਿਹੜੀ ਹੈ ਉਹ ਪਿਸ ਕੇ ਜਾਣੀ ਸ਼ੁਰੂ ਹੋ ਜੂਗੀ ਨਹੀਂ ਤਾਂ ਅਦਰਵਾਈਜ਼ ਜਦੋਂ ਵੱਡੇ ਸਟੋਰ ਤੁਸੀਂ ਐਂਟਰ ਕਰਦੇ ਹੋ ਤਾਂ ਲਿਖਿਆ ਹੁੰਦਾ ਸਾਹਮਣੇ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਇੱਥੋਂ ਜਿਹੜਾ ਉਹ ਮਿਲਦਾ ਸਾਨੂੰ ਇਹ ਪੜ੍ਹਨ ਨੂੰ ਮਿਲਦਾ ਇਹ ਬਹੁਤ ਵੱਡੇ ਸਵਾਲ ਨੇ ਜੇ ਖੇਤੀ ਦੇ ਨਾਲ ਰਿਲੇਟਡ ਮਾਰਕੀਟਿੰਗ ਗਿੱਲ ਸਾਹਿਬ ਨੇ ਜਿਵੇਂ ਗੱਲ ਕਹੀ ਆ ਉਹਨੂੰ ਤੁਸੀਂ ਨਹੀਂ ਲੈ ਕੇ ਆਉਂਦੇ ਉਨੀ ਦੇਰ ਤੱਕ ਕੋਈ ਹੱਲ ਨਹੀਂ ਹੋ ਸਕਣਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ